ਤੇ ਮੈਂ ਬੂਹਾ ਖੋਲਿਆ, ਮੈਂ ਬੂਹਾ ਖੋਲ ਕੇ ਜਦੋਂ ਅੰਦਰ ਗਿਆ, ਇੱਕ ਕੋਰੇ ਪਿਆ, ਇੱਕ ਕੋਰੇ ਪਿਆ, ਮੈਂ ਤਾਂ ਉੱਥੇ ਮੈਂ ਦੇਖ ਕੇ ਤੇ ਮੈਂ ਡਿੱਗ ਪਿਆ ਅੰਦਰ। ਛੇ ਵਜੇ ਆ ਕੇ ਤੇ ਮੈਂ ਉਹ ਦੁੱਧ ਮੈਨੇ ਤਾਤਾ ਕਰਕੇ, ਚਾਚੀ ਬਾਹਰ ਪਿਆ ਸੀ ਮੰਜੇ ਤੇ ਉਹ ਬਰਾਂਡਾ ਚ, ਤੇ ਮੁੜ ਕੇ ਫਿਰ ਮੈਂ ਦੁੱਧ ਤਾਤਾ ਕਰਕੇ ਤੇ ਮੁੜ ਕੇ ਮੈਂ ਬਾਹਰ ਨਿਕਲ ਆਇਆ। ਚਾਚੀ ਕਹਿੰਦਾ ਮੇਰਾ ਲਾਤਾ ਗੋਡਾ ਨਾਪ ਕੇ ਜਾ, ਮੇਰਾ ਬਾੜਾ ਪੀੜ ਪਈ ਜਾਂਦਾ। ਮੈਂ ਬੋਲਾ ਚੱਲ ਠੀਕ ਆ, ਮੈਂ ਇਹਦਾ ਲਾਤਾ ਨਾਪਿਆ, ਗੋਡਾ ਨਾਪਿਆ। ਮੁੜ ਕੇ ਕਹਿੰਦਾ ਮੈਨੂੰ ਲੈਟਰਿੰਗ ਬਾਥਰੂਮ ਕਰਾ ਕੇ ਜਾ, ਅੱਜ ਤੁਰਿਆ ਹੀ ਨਹੀਂ ਜਾਂਦਾ ਸੀ ਇਹਦਾ। ਤੇ ਮੁੜ ਕੇ ਮੈਂ ਇਹਨੂੰ ਲੈਟਰਿੰਗ 'ਚ ਫੜ ਕੇ ਲੈ ਕੇ ਗਿਆ, ਲੈਟਰਿੰਗ ਕਰਾਇਆ, ਫਿਰ ਇਹਨੂੰ ਫੜ ਕੇ ਬਾਹਰ ਕੱਟਿਆ ਮੰਜੇ ਬੈਡ 'ਤੇ ਮੈਂ ਪਾ ਕੇ ਗਿਆ। ਮੁੜ ਕੇ ਮੈਂ ਘਰ ਜਾ ਕੇ ਆਪਦਾ ਕੂੜਾ ਸੁੱਟਣ ਲੱਗ ਗਏ ਤੇ ਕੂੜਾ ਸੁੱਟ ਕੇ ਤਾਂ ਉਦੋਂ 7 ਵਜ ਗਿਆ, 7 ਵਜ ਗਿਆ। ਤੇ ਮੁੜ ਕੇ ਮੈਨੂੰ ਫੋਨ ਲਾਇਆ ਤੇ ਫੋਨ ਲਾਇਆ ਤੇ ਮੈਂ ਆਖਿਆ ਚਾਚੀ ਕੀ ਗੱਲ ਆ, ਤੇ ਕਹਿੰਦਾ ਮਾੜਾ ਜਾ ਘਰ ਹੋ ਕੇ ਜਾਈ। ਮੈਂ ਆ ਗਿਆ ਤੇ ਉਹ ਬਾਈ ਜੀ ਮੇਰੇ ਆਉਂਦੇ ਤੱਕ ਉਹ ਫਰਿੱਜ ਦਾ ਸ਼ੀਸ਼ਾ ਨਹੀਂ ਹੁੰਦਾ, ਉਹ ਕੱਟ ਕੇ ਧੋਈ ਜਾਂਦਾ ਸੀ ਤੇ ਚੀਬੜ ਪਿਆ, ਗੰਡੇ ਲੇਸਨ ਸਾਰੇ ਕੁਛ ਪਿਆ ਸੀ ਲੇਪਟੇ। ਉਹ ਕਹਿੰਦਾ ਚਟਨੀ ਕੁੱਟ ਕੇ ਜਾ, ਤੇਰਾ ਚਾਚਾ ਮੈਨੂੰ ਰੋਜ਼ ਕਹਿੰਦਾ। ਤੇ ਮੈਂ ਚਟਨੀ ਕੁੱਟਣ ਵਾਸਤੇ ਮੈਂ ਉਹ ਕੁੰਡਾ ਜਿਹਾ ਫੜਿਆ ਤੇ ਚਾਚਾ ਉਧਰੋਂ ਤਿਆਰ ਹੋ ਕੇ ਤਾਂ ਬਾਹਰ ਨਿਕਲ ਆਇਆ, ਕਹਿੰਦਾ ਅਜੇ ਚਟਨੀ ਕੁੱਟਣ ਨੂੰ ਰਜਨੀ ਰਹਿਣ ਦੇ, ਅਜੇ ਮੈਂ ਜਾਣਾ, ਕਿਸੇ ਨੇ ਮੈਨੂੰ ਫੋਨ ਲਾਇਆ ਸੀ ਤੇ ਆ ਕੇ ਅਸੀਂ ਮੰਡੀ ਦਵਾਈ ਲੈਣ ਜਾਣਾ ਮੋਗੇ। ਤੇ ਮੈਂ ਆਖਿਆ ਚੱਲ ਚੰਗਾ ਫਿਰ। ਤੇ ਮੈਂ ਜਦੋਂ ਨਿਕਲਣ ਲੱਗਾ, ਚਾਚਾ ਕਹਿੰਦਾ ਤੂੰ ਰੋਜ਼ ਕਹਿੰਦਾ ਮੰਡੀ ਜਾਣਾ, ਮੰਡੀ ਜਾਣਾ, ਤਾਂ 1000 ਰੁਪਇਆ ਪੈਸਾ ਫੜ ਲਾ ਤਾਂ ਤੂੰ ਜਾ ਬੜੀ ਮੰਡੀ, ਅਸੀਂ ਜਾਣਾ ਇਹ ਮੋਗੇ ਦਵਾਈ ਦਵਾਉਣ ਤੇਰਾ ਚਾਚੀ ਨੂੰ, ਤੇ ਨਿੱਕੇ ਬਾਹਰ ਖੁੱਲ੍ਹਾ ਹੋਊਗੀ ਤੇ ਜਦੋਂ ਤੂੰ ਗੋਰ ਮਨਕਾ ਕੂੜਾ ਸੁੱਟ ਕੇ ਆ ਕੇ ਤਾਂ ਬਾਰ ਬਾਰ ਤੂੰ ਝਾੜੂ ਲਾ ਦੇ, ਤੇ ਝਾੜੂ ਲਾ ਕੇ ਬਾਅਦ 'ਚ ਤੂੰ ਜਾ ਬੜੀ ਮੰਡੀ, ਤੈਨੂੰ ਅਸੀਂ ਜਦੋਂ ਆਉਣਾ ਉਹਦਾ ਤੂੰ ਫੋਨ ਲਾ ਦੇਣਾ ਮੈਂ, ਤਾਂ ਤੂੰ ਆ ਕੇ ਝਾੜੂ ਪੋਚਾ ਅੰਦਰੋਂ ਤੂੰ ਕਰ ਲਈ। ਬਸ ਇੰਨਾ ਕਨ ਗੱਲ ਦੇਖਿਆ। ਜਦੋਂ ਮੈਂ ਮਗਰੋਂ ਉਹਨਾਂ ਦਾ ਘਰ ਮੈਂ ਕੰਮ ਕਰਕੇ ਆ ਕੇ ਰੋਟੀ ਖਾ ਕੇ ਮੈਂ ਆਖਾਂ ਮੈਂ ਛੇਤੀ ਛੇਤੀ ਜਾ ਕੇ ਮੈਂ ਇਹ 4 ਸਵੇਰੇ ਬਰਾਂਡਾ 'ਚ ਮੈਂ ਬੁੱਕਰ ਲਾ ਕੇ ਆਊਂ ਝਾੜੂ ਲਾ ਕੇ। ਜਦੋਂ ਮੈਂ ਆਇਆ ਤੇ ਅਖਬਾਰ ਇੱਥੇ ਸੁੱਟਿਆ ਸੀ, ਪਰੇ ਸੀ ਕੁਰਸੀ ਧੋਤਾ ਸੀਗਾ, ਉਹ ਮੈਂ ਇਕੱਠੀ ਕਰਕੇ ਬਰਾਂਡਾ 'ਚ ਰੱਖਤਾ। ਬਰਾਂਡਾ 'ਚ ਰੱਖ ਕੇ ਤਾਂ ਮੈਂ ਆਈ ਨੂੰ ਦੇਖਿਆ ਤੇ ਬੂਆ ਉਹ ਅੰਦਰ ਵਾਲਾ ਲੱਕੜ ਦਾ ਗੇਟ ਲੱਗਾ ਨਹੀਂ ਸੀ, ਜਾਲੀ ਭਿੜਿਆ ਸੀ ਜ਼ਰੂਰ। ਤੇ ਜਦੋਂ ਮੈਂ ਜਾਲੀ ਮੈਂ ਆਖਿਆ ਇਹਨਾਂ ਨੇ ਆਹ ਦਵਾਈ ਲੈਣ ਜਾਣਾ ਸੀ, ਇਹਨਾਂ ਨੇ ਗਏ ਨਹੀਂ ਦਵਾਈ ਲੈਣ, ਤੇ ਮੈਂ ਬੂਆ ਖੋਲੋ, ਮੈਂ ਬੂਆ ਖੋਲ ਕੇ ਜਦੋਂ ਅੰਦਰ ਗਿਆ, ਇੱਕ ਪੁਰੇ ਪਿਆ, ਇੱਕ ਉਰੇ ਪਿਆ, ਮੈਂ ਤਾਂ ਉੱਥੇ ਮੈਂ ਦੇਖ ਕੇ ਤੇ ਮੈਂ ਡਿੱਗ ਪਿਆ ਅੰਦਰ ਹੀ ਡਿੱਗ ਪਿਆ, ਜਿੱਥੇ ਟੁੱਟੀ ਲੱਗਿਆ ਅੰਦਰ ਉੱਥੇ ਮੈਂ ਡਿੱਗ ਪਿਆ। ਮੈਂ ਮਸਾਂ ਉੱਠ ਕੇ ਤੇ ਮੈਂ ਬੂਆ ਮੇਰਾ ਚੱਪਲੀ ਰੱਖਿਆ ਸੀ ਉਹ ਵੀ ਮੈਥੋਂ ਨਹੀਂ ਪਾਏ ਕਹਿੰਦਾ, ਮੈਂ ਆਈ ਮੈਂ ਭੱਜ ਕੇ ਤਾਂ ਇੰਨਾ ਗੰਦਾ ਘਰੇ ਵੜਿਆ। ਜੋ ਤੁਸੀਂ ਘਰੇ ਆਏ ਨਾ ਮਤਲਬ ਤੁਹਾਨੂੰ ਕੋਈ ਆਵਾਜ਼ ਬੂਝ ਕੋਈ ਨਹੀਂ ਸੁਣਿਆ? ਕੁਛ ਨਹੀਂ ਸੁਣਿਆ ਮੈਂ। ਜੋ ਤੁਸੀਂ ਪਹੁੰਚੇ ਇੱਥੇ ਤੜਫਦੇ ਤੜਫਦੇ ਸੀ ਕਿ ਸਾਹ ਲੈਂਦੇ? ਨਹੀਂ, ਉਹ ਪਹਿਲਾਂ ਉੱਠ ਗਿਆ ਸੀ, ਇਹ ਕੰਮ ਕਰਕੇ ਪਹਿਲਾਂ ਉੱਠ ਗਿਆ ਸੀ। ਮਾੜਾ ਮਾੜਾ ਚਾਚੇ ਦਾ ਮੂੰਹ ਚ ਲਹੂ ਨਿਕਲੀ ਜਾਂਦਾ ਸੀਗਾ ਜਦੋਂ ਤੁਸੀਂ ਆਏ। ਹਾਂ, ਤੇ ਜਦੋਂ ਮੈਂ ਆ ਕੇ ਇਹਨਾਂ ਦਾ ਘਰੇ ਭੱਜ ਕੇ ਗਿਆ ਤੇ ਇਹਨਾਂ ਦਾ ਸਰਦਾਰ ਪੁੱਛੂ ਨੂੰ ਆਈ ਜਾਂਦਾ ਸੀ ਉਦੋਂ, ਤੇ ਉਹ ਉਰੇ ਨੂੰ ਆ ਗਿਆ। ਮੈਨੂੰ ਕਹਿੰਦਾ ਕੀ ਗੱਲ ਕੀ ਗੱਲ, ਇਹਦਾ ਘਰ ਵਾਲਾ ਬੋਲਦਾ ਨੀ। ਮੈਂ ਆਖਾ ਦੋ ਇਹੋ ਜਿਹਾ ਹੱਥ ਕੀਤਾ, ਦੋ ਸੀ ਇਹਨਾਂ ਦਾ ਘਰੇ ਚਾਚੇ ਕੇ ਤਾਂ ਹੀ ਹੋ ਗਿਆ ਦੋਨੋਂ। ਤੇ ਮੈਂ ਮੁੜ ਕੇ ਭੱਜ ਕੇ ਇਹਨਾਂ ਦਾ ਘਰੇ ਵੜ ਗਿਆ ਉਰਲੇ ਘਰੇ। ਮੈਂ ਆਖਾ ਕਮਲਦੀਪ ਬੇ, ਕਮਲਦੀਪ ਬੇ, ਹਾਏ ਕਮਲਦੀਪ, ਉਹਦਾ ਮੈਂ ਭੱਜ ਕੇ ਆਇਆ। ਕਹਿੰਦਾ ਰਜਨੀ ਕੀ ਗੱਲ ਹੈ, ਰਜਨੀ ਕੀ ਗੱਲ? ਮੈਂ ਆਖਾ ਚਾਚਾ ਚਾਚੀ ਨੂੰ ਦੋਨੋਂ ਨੂੰ ਮਾਰ ਕੇ ਕਿਸੇ ਨੇ ਭੱਜ ਗਿਆ, ਘਰੇ ਜਾ ਕੇ ਦੇਖ ਲਓ। ਮੈਂ ਫਿਰ ਮੁੜ ਕੇ ਕਮਲੇ ਸਮਨਕਾ ਘਰੇ ਭੱਜ ਗਿਆ ਫੌਜੀ ਕੇ, ਉਹਦਾ ਵਹੁਟੀ ਨੇ ਰੋਟੀ ਲਈ ਜਾਂਦਾ ਸੀ, ਉਹਦਾ ਮੈਂ ਬਾਹ ਫੜ ਕੇ ਤਾਂ ਮੈਂ ਲੈ ਆਇਆ। ਕੀ ਪਤਾ ਉਹ ਗੈਸ ਬੰਦ ਕੀਤਾ ਸੀ ਨਹੀਂ ਕੀਤਾ ਸੀ, ਇਹ ਮੈਨੂੰ ਨਹੀਂ ਪਤਾ। ਉੱਥੋਂ ਮੈਂ ਰੋਣ ਮੈਂ ਚੁੱਪ ਕਰਕੇ ਤਾਂ ਮੈਂ ਫੌਜੀ ਨੂੰ ਸੱਦ ਕੇ ਲਿਆ ਉਹ ਹੱਟੀ 'ਤੇ, ਤੇ ਉਹਨੂੰ ਸੱਦ ਕੇ ਲਿਆ ਕੇ ਮੈਂ ਘਰ ਨੂੰ ਕਲਤਾ। ਤੇ ਮੈਂ ਆ ਕੇ ਜਿਵੇਂ ਮੈਂ ਬੂਹੇ ਮੇਰੇ ਫਿਰ ਮੈਂ ਬੈਠਾ, ਮੇਰਾ ਵਾਲਿਟ ਬੜ ਘੱਟ ਗਿਆ। ਬਸ ਇੰਨਾ ਕੰਮ ਦੇਖਿਆ ਮੈਂ। ਜਿਹੜਾ ਨਾ ਫੋਨ ਬਾਰੇ ਤੁਹਾਨੂੰ ਦੱਸਿਆ, ਫੋਨ ਕੀ ਕਹਿੰਦੇ ਸੀ? ਫੋਨ ਕਿਸੇ ਕਾਹਦਾ ਕਹਿੰਦਾ ਕਹਿੰਦੇ ਸੀ ਫੋਨ ਆਇਆ ਸਾਨੂੰ? ਫੋਨ ਮੈਨੂੰ ਚਾਚੀ ਨੇ ਸੱਦਿਆ ਸੀ ਕਿ ਆ ਕੇ ਚਟਨੀ ਕੁੱਟ ਕੇ ਜਾ ਕਰ। ਤੁਹਾਨੂੰ ਭਾਜੀ ਕਹਿੰਦੇ ਸੀ ਨਾ ਮੈਨੂੰ ਕਿਸੇ ਦਾ ਫੋਨ ਆਇਆ, ਮੈਨੂੰ ਉਧਰ ਜਾਣਾ ਪੈਣਾ ਪਹਿਲਾਂ, ਫਿਰ ਚਟਨੀ ਕੁੱਟਿਆ? ਇਹ ਦੱਸਿਆ ਨਹੀਂ ਸਾਨੂੰ ਮੈਨੂੰ ਤੇ ਦੱਸਿਆ ਨਹੀਂ। ਹਾਂ, ਉਹ ਤੇ ਹੁਣ ਬੁੱਟੇ ਚਾਚਾ ਨੇ ਕਹੀ ਜਾਂਦਾ ਫੋਨ ਮੈਂ ਲਾ ਸੀ, ਉਹ ਬਾਬਾ ਛਤਰਪਾਲ ਇੱਥੇ ਬੰਦ ਨੀ ਤੇ ਉਹਦਾ ਸਮਾਨ ਸਮੂਨ ਸਾਰੇ ਇਹਨਾਂ ਦਾ ਇਹ ਕਰਨਾ ਸੀਗਾ, ਤੇ ਬੁੱਟੇ ਨੇ ਕਹਿੰਦਾ ਮੈਂ ਲਾ ਸੀ ਫੋਨ ਤਾਂ ਬਸ। ਥੈਂਕ ਯੂ। ਦੇਖੋ ਜਿਹਦੇ ਵਿੱਚ ਜਿਹੜਾ ਰਾਜਪੁਰੀ ਮਿਸੇਜ ਜਿਹੜੀ ਹੈਗੀ ਹੈ ਅਤੇ ਘਰ ਦੀ ਵਿੱਚ ਸਵੇਰੇ ਉਹਨਾਂ ਦੇ ਗੋਲੀਆਂ ਲੱਗਣ ਨਾਲ ਮੌਤ ਹੋ ਗਈ ਹੈ, ਅਤੇ ਅਸੀਂ ਉਹਨਾਂ ਦਾ ਕਰ ਰਹੇ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜਿਹਦੇ ਕਾਰਨ ਸਾਰੇ ਅੰਕੜਾਂ ਤੋਂ ਜਿਹੜੀ ਹੈਗੀ ਹੈ ਇਸ ਮੁਕੱਦਮੇ ਬਾਰੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਲਦੀ ਤੋਂ ਜਲਦੀ।
ਸਰ ਇਹ ਕਿਸ ਐਂਗਲ ਵੱਲ ਨੂੰ ਇਹ ਸਟੋਰੀ ਜਾ ਰਹੀ ਹੈ ਕਿ ਇਹ ਤੇਰਾ ਮਤਲਬ ਦੇਖੋ ਅਸੀਂ ਇਸ ਅਜੇ ਪ੍ਰੀਲਿਮਿਨਰੀ ਸਟੇਜ ਅਸੀਂ ਕਿਸੇ ਵੀ ਇਸ ਚੀਜ਼ ਬਾਰੇ ਜੇ ਕਮੈਂਟ ਨਹੀਂ ਕਰ ਸਕਦੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਫਰਦਰ ਜੋ ਵੀ ਕੋਈ ਅਸੀਂ ਕੁਛ ਆਊਟਕਮ ਨਿਕਲੂਗੀ ਠੀਕ ਹੈ ਥੈਂਕ ਯੂ ਸਰ